ਪੰਜਾਬੀ ਟੀਵੀ ਜਜ਼ਬਾ ਕੁਝ ਬਦਲਣ ਦਾ ਸਤਿ ਸ਼੍ਰੀ ਅਕਾਲ ਵੋਲਡ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਪਰਮਵੀਰ ਔਲਕ ਤੇ ਖਬਰ ਲੈ ਕੇ ਹਾਜ਼ਰਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਜ਼ੀਰੇ ਤੋਂ ਖਬਰ ਹੈ ਰੌਕੀ ਕਥੂਰੀਆ ਨਾਂ ਦਾ ਇੱਕ ਵਰਕਰ ਹੈ ਆਪਦਾ ਜਿਸ ਨੇ ਲੱਖਾਂ ਦੀ ਠੱਗੀ ਮਾਰੀ ਹੈ ਉਸ ਤੇ ਇਲਜ਼ਾਮ ਲੱਗੇ ਨੇ ਪਰਚਾ ਵੀ ਦਰਜ ਹੋਇਆ ਤੇ ਕਾਬੂ ਵੀ ਕਰ ਲਿਆ ਤਸਵੀਰਾਂ ਵੀ ਅਸੀਂ ਇੱਕ ਵਾਰ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਹਰਪਾਲ ਚੀਮਾ ਹੋਰੀ ਰਾਗਵ ਚੱਡਾ ਜਦੋਂ ਆਉਂਦੇ ਨੇ ਉਹਨਾਂ ਦੇ ਗੱਲ ਦੇ ਵਿੱਚ ਸਨਮਾਨ ਪਾਇਆ ਜਾਂਦਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਰੌਕੀ ਕਥੂਰੀਆ ਹਲਕਾ ਜ਼ੀਰੇ ਤੋਂ ਹੈ ਜਿਸ ਨੇ ਲੱਖਾਂ ਦੀ ਠੱਗੀ ਮਾਰੀ ਹੈ ਬੀਬਾ ਬਲਜਿੰਦਰ ਕੌਰ ਦੇ ਨਾਲ ਇਸ ਦੀਆਂ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੀਤ ਹੇਅਰ ਮੀਤ ਹੇਅਰ ਜੋ ਆਪਾਗੂ ਨੇ ਯੂਥ ਦਾ ਚਿਹਰਾ ਨੇ ਮੀਤ ਹੇਅਰ ਨਾਲ ਹੀ ਅਮਨ अरोੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਹੈ ਜਿਸ ਵੱਲੋਂ ਲੱਖਾਂ ਦੀ ਠੱਗੀ ਮਾਰੀ ਗਈ ਹੈ ਲੱਖਾਂ ਦੀ ਠੱਗੀ ਕਿੱਦਾਂ ਮਾਰੀ ਗਈ ਹੈ ਤانوں ਦੱਸ ਦਿੰਨੇ ਆ ਕਿ ਲੱਖਾਂ ਦੀ ਠੱਗੀ ਇਸ ਤਰ੍ਹਾਂ ਮਾਰੀ ਗਈ ਹੈ ਕਿ ਪਹਿਲਾਂ ਇਸ ਵੱਲੋਂ ਇੱਕ ਕੰਪਨੀ ਖੋਲੀ ਜਾਂਦੀ ਹੈ ਤੇ ਲੋਕਾਂ ਨੂੰ ਸਕੀਮਾਂ ਵੰਡੀਆਂ ਜਾਂਦੀਆਂ ਕਿ ਤੁਸੀਂ ਇਹ ਸਕੀਮ ਲਓਗੇ ਤੇ ਤੁਹਾਨੂੰ ਵਾਸ਼ਿੰਗ ਮਸ਼ੀਨ ਮਿਲੇਗੀ, ਏਸੀ ਮਿਲੇਗਾ, ਕੁਝ ਮਿਲੇਗਾ। ਪਰ ਲੋਕਾਂ ਕੋਲੋਂ ਪੈਸੇ ਅਗਰਾਹ ਕੇ ਇਹ ਰਫੂ ਚੱਕਰ ਹੋ ਜਾਂਦੇ ਨੇ। ਰਫੂ ਚੱਕਰ ਹੋ ਜਾਂਦੇ ਨੇ, ਮਾਮਲਾ ਦਰਜ ਹੁੰਦਾ ਹੈ। ਇੱਕ ਵਾਰ ਅਸੀਂ ਪੀੜਤ ਦਾ ਬਿਆਨ ਤੁਹਾਨੂੰ ਜ਼ਰੂਰ ਸੁਣਾ ਦਿੰਨੇ ਆ ਜਿਸ ਨਾਲ ਠੱਗੀ ਵਜੀ ਹੈ ਤੇ ਜਿਸ ਦੇ ਆਧਾਰ ਤੇ ਪਰਚਾ ਦਰਜ ਹੋਇਆ ਤੇ ਜਿਸ ਆਧਾਰ ਤੇ ਰੋਕੀ ਕਥੂਰੀਆਂ ਨੂੰ ਕਾਬੂ ਕੀਤਾ ਗਿਆ ਇੱਕ ਵਾਰ ਪੀੜਤ ਦਾ ਬਿਆਨ ਜ਼ਰੂਰ ਸੁਣਾ ਦਿੰਨੇ ਆ ਇਹ ਕੰਪਨੀ ਵਿੱਚ ਕੀ ਮਸਲਾ ਹੈ ਸਰ ਮਸਲਾ ਕੀ ਹੈ ਜੀ 30 ਕਿਸਤਾ ਸੀ ਜੀ 30 ਬੰਦਿਆਂ ਦੀਆਂ ਮੈਂ ਇੱਕ ਇੱਕ ਬੰਦਾ ਵੀ ਉਹਦੇ ਵਿੱਚ ਐਡ ਕਰਾ ਕੇ 30 ਬੰਦੇ ਮੈਂ ਜਮਾ ਕਰਵਾਏ ਇਹਨਾਂ ਨੂੰ 30 ਬੰਦਿਆਂ ਦੇ ਮੇਰੇ ਪੈਸੇ ਇਹਨਾਂ ਨੇ ਨਾ ਸਕੀਮ ਦੇ ਪੈਸੇ ਦਿੱਤੇ ਨਾ ਇਹਨਾਂ ਨੇ ਵਾਪਸ ਦਿੱਤਾ ਮੈਨੂੰ ਇਹਨਾਂ ਦਾ ਐਮ ਡੀ ਸੀ ਇਹਨਾਂ ਦਾ ਐਮ ਡੀ ਸੀ ਦਵਿੰਦਰ ਕਥੂਰੀਆ ਤੇ ਇਹ ਸਾਰੇ 파ਟਨਰ ਹੈਗੇ ਸੀ ਰੋਕੀ ਜੁਨਿੰਦਰ ਕਸੂਰੀਆ ਤੇ શ્રી ਡਾਕਟਰ ਤੇ ਰਘਵੀਰ ਮਨਸੀਆਂ ਦਾ ਸੀ ਮੇਰਾ ਤੇ ਨਾਲ ਹੋਰ ਵੀ ਦੋ ਤਿੰਨ ਸਰਦਾਰ ਸੀਗੇ ਉਹ ਪਤਾ ਨਹੀਂ ਕਿਸੇ ਦੇ ਕਿਸੇ ਨਹੀਂ ਸੀਗੇ ਕਿਉਂਕਿ ਮੈਂ ਜਦ ਆ ਜੁਆਇਨ ਕੀਤੀ ਬਾਅਦ ਵਿੱਚ ਪਹਿਲਾਂ A ਗਰੁੱਪ ਸੀ ਫਿਰ B ਗਰੁੱਪ ਫਿਰ C ਗਰੁੱਪ ਤੇ D ਗਰੁੱਪ ਮੈਂ D ਗਰੁੱਪ ਵਿੱਚ ਸ਼ਾਮਲ ਕੀਤੀ ਸੀ ਜੀ D ਗਰੁੱਪ ਤੋਂ ਬਾਅਦ F ਗਰੁੱਪ G ਗਰੁੱਪ H ਗਰੁੱਪ ਇਹ ਸਾਰੇ 7 ਗਰੁੱਪ ਸੀ A ਗਰੁੱਪ ਦੇ ਤਿੰਨ ਤਿੰਨ ਹਜ਼ਾਰ ਮੈਂਬਰ ਸੀ ਮੈਂ ਇਹਨਾਂ ਨੂੰ ਬੜਾ ਗਿਆ ਮੈਂ ਕਿਹਾ ਮੈਨੂੰ ਤੁਸੀਂ ਸਕੀਮ ਖਤਮ ਹੋ ਗਈ ਪੈਸੇ ਦੇ ਦਿਓ ਪੈਸੇ ਨਹੀਂ ਦੇਣੇ ਸਮਾਨ ਦੇ ਦਿਓ ਪਰ ਮੈਂ ਜਿੰਨਾ ਜਿੰਨਾ ਵੀਰਾਂ ਦਾ ਸਮਾਨ ਲਿਆ ਸੀ ਜਿਹਨੂੰ ਮੈਨੂੰ ਦਿੱਤਾ ਸੀ ਮੈਂ ਉਹਨੂੰ ਵਾਪਸ ਕਰ ਦਿੱਤਾ ਮੈਂ ਕਿਵੇਂ ਵੀ ਕੀਤਾ ਮੈਂ ਉਹਨੂੰ ਪੈਸੇ ਮੋੜ ਦਿੱਤੇ ਜਿਹੜੇ ਦੋ ਤਿੰਨ ਘਰਾਂ ਦੇ ਰਹਿ ਗਏ ਮੈਂ ਉਹ ਵੀ ਮੋੜ ਦਿਆਂ ਪਰ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਕਿਰੀ ਹਾਰ ਕੇ ਮੈਂ ਖਾਣੇ ਜਾ ਕੇ ਐਸ ਐਚਓ ਸਾਹਿਬ ਨੂੰ ਮਿਲ ਕੇ ਮੈਂ ਉਹਨਾਂ ਤੇ ਦਰਖਾਸਤ ਦਿੱਤੀ ਤੇ ਮੇਰੇ ਪੈਸੇ ਦੁਆਏ ਜਾਣ ਮਾਸ਼ੂਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੇਰੀਆਂ ਤੀਆਂ ਬੰਦੇ ਦੇ ਪੈਸੇ ਨੇ 360000 ਬਣਦਾ ਜਿੰਦੇ ਵਿੱਚੋਂ ਤਿੰਨ ਕਿਸ਼ਤਾਂ ਮੈਂ ਪੈਸੇ ਦੇਣੇ ਆ ਉਹ 8000 ਜਾਂ 9000 ਰੁਪਏ ਮੈਂ ਦੇਣਾ ਉਹ ਆਪਦਾ ਕੱਢ ਲੈਣ باقی ਮੇਰੇ ਪੈਸੇ ਜਿਹੜੇ ਬਣਦੇ ਮੈਨੂੰ ਦੇ ਦੇਣ ਮੈਂ ਜਿੰਨਾ ਜਿੰਨਾ ਦੇ ਪੈਸੇ ਦੇਣੇ ਮੈਂ ਬਗੈਸਵਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੇਰਾ ਇਹਨਾਂ ਨਾਲ ਕੋਈ ਸਰਵਾਈਵ ਨਹੀਂ ਪੁੱਛੋ ਉਹਨਾਂ ਕਾਰਵਾਈ ਮੇਰੇ ਹੱਦ ਦਾ ਇੱਕ ਦੇ ਬੰਦੇ ਨੂੰ ਫੜਿਆ ਗਿਆ ਬਾਕੀ ਉਹ ਫੜ ਲੈਣਗੇ ਮੇਰੀ ਪ੍ਰਸ਼ਾਸਨ ਨੂੰ ਵੀ ਮੰਗੇ ਕਿ ਜਿਹੜੀਆਂ ਇਹ ਕੰਪਨੀਆਂ ਖੁੱਲ੍ਹਦੀਆਂ ਨੇ ਇਹਨਾਂ ਨੂੰ ਰਜਿਸਟਰਡ ਕਰਨ ਤੋਂ ਪਹਿਲਾਂ ਸਾਰਾ ਕੋ ਜਿਹਨਾਂ ਦਾ ਸੂਚਿਆ ਜਾਵੇ ਇਹ ਕੀ ਕਰਦੇ ਨੇ ਕੀ ਕਰਦੇ ਇਹ ਰਜਿਸਟਰਡ ਕਰ ਦਿੰਦੇ ਕੰਪਨੀਆਂ ਫਿਰ ਇਹ ਟੈਕਸ ਵੀ ਮਾਰ ਜਾਂਦੇ ਨੇ ਸੇਅਰ ਟੈਕਸ ਵੀ ਮਾਰ ਜਾਂਦੇ ਨੇ ਇਨਕਮ ਟੈਕਸ ਵੀ ਮਾਰ ਜਾਂਦੇ ਨੇ ਇਹ ਲੋਕਾਂ ਨੂੰ ਰਸੀਦਾ ਨਹੀਂ ਦਿੰਦੇ ਮਾਲ ਵੀ ਨਹੀਂ ਦਿੰਦੇ ਇਹ ਖਾ ਜਾਂਦੇ ਨੇ ਸਾਰਾ ਕੁਝ ਸੋ ਇਹ ਤੁਸੀਂ ਸੁਣਿਆ ਪੀੜਤ ਦਾ ਬਿਆਨ ਜਿਸ ਨਾਲ ਠੱਗੀ ਹੋਈ ਹੈ ਤੇ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਹੈ ਇੱਕ ਵਾਰ ਤਸਵੀਰਾਂ ਕਾਬੂ ਕੀਤੀਆਂ ਦੀ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਰੌਕੀ ਕਤੂਰੀਆ ਉਸ ਨੂੰ ਕਾਬੂ ਕੀਤਾ ਗਿਆ ਥਾਣੇ ਦੇ ਅੰਦਰ ਦੀਆਂ ਤਸਵੀਰਾਂ ਇਹ ਤਸਵੀਰਾਂ ਜੀ ਤੁਸੀਂ ਦੇਖ ਰਹੇ ਹੋ ਇਹ ਰੌਕੀ ਕਤੂਰੀਆ ਜਿਸ ਨੂੰ ਕਾਬੂ ਕੀਤਾ ਗਿਆ ਪੁਲਿਸ ਵੱਲੋਂ ਇਹ ਇਸੇ ਨਹੀਂ ਜੋ ਹੈ ਗਰੀਬ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਲੱਖਾਂ ਦੀ ਠੱਗੀ ਮਾਰੀ ਹੈ ਹਾਲਾਂਕਿ ਇਹ ਜੋ ਕੰਪਨੀ ਐਸੋਲੋ ਬਣਾਈ ਗਈ ਸੀ 2017 ਦੇ ਵਿੱਚ ਬਣਾਈ ਗਈ ਸੀ ਅਤੇ ਉਸ ਤੋਂ ਬਾਅਦ ਇਹਨਾਂ ਨੇ ਨਾ ਤਾਂ ਲੋਕਾਂ ਨੂੰ ਪੈਸੇ ਦਿੱਤੇ ਅਤੇ ਨਾ ਹੀ ਜੋ ਐ ਇਹ ਤੁਸੀਂ ਦੇਖ ਸਕਦੇ ਹੋ ਕਿ ਕੰਪਨੀ ਦੇ ਵਿੱਚ ਕਿਦਾਂ-ਕਿਦਾਂ ਦੀਆਂ ਸਕੀਮਾਂ ਇਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਸੀਗੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਗੱਡੀਆਂ ਦਾ ਲਾਲਚ ਦੇ ਕੇ ਲੋਕਾਂ ਤੋਂ ਪੈਸੇ ਹੜਾਪੇ ਜਾਂਦੇ ਸੀਗੇ ਫਿਰ ਉਹਨਾਂ ਨੂੰ ਉਹਨਾਂ ਦੇ ਪੈਸੇ ਵਾਪਸ ਦੇਣ ਦੀ ਬਜਾਏ ਜਾਂ ਉਹਨਾਂ ਨੂੰ ਚੀਜ਼ਾਂ ਦੇਣ ਦੀ ਬਜਾਏ ਇਹ ਜੋ ਕੰਪਨੀ ਦੇ ਜੋ ਚਾਰ ਬੰਦੇ ਜਾਣੇ ਸੀਗੇ ਵਿਦ ਜਿਹੜਾ ਰੌਕੀ ਕਥੂਰੀਆ ਹੈ ਇਹ ਰਫੂ ਚੱਕਰ ਹੋ ਜਾਂਦਾ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾਂਦਾ ਤੇ ਇਸ ਨੂੰ ਕਾਬੂ ਕੀਤਾ ਜਾਂਦਾ ਹੈ ਇੱਕ ਵਾਰ ਐਸ ਐਚਓ ਦਾ ਬਿਆਨ ਤੁਹਾਨੂੰ ਜ਼ਰੂਰ ਸੁਣਾ ਦਿੰਨੇ ਆ ਕਿ ਥਾਣਾ ਪਰਬਾਰੀ ਦਾ ਕੀ ਕਹਿਣਾ ਹੈ ਇਹ ਜੀ ਇੱਕ ਐਫ ਆਰ ਨੰਬਰ 8 ਹੈ 2021 ਥਾਣਾ ਸਿਟੀ ਜਿਹੜੀ 420 120 ਬੀ ਦਾ ਵਰਚਾ ਹੈ ਇਹਦੇ ਵਿੱਚ ਜੀ ਜਿਹੜੇ ਦੋਸ਼ੀ ਨੇ ਉਹ ਹੈ ਦਵਿੰਦਰ ਕਥੂਰੀਆ ਰੌਕੀ ਕਥੂਰੀਆ ਤੇ ਇੱਕ ਸੁਨੀਲ ਹੈ ਇਹਨਾਂ ਨੇ 2017 ਚ ਇੱਕ ਰਾਈジング ਸਨ ਕੰਪਨੀ ਦੇ ਨਾਂ ਤੇ ਇੱਕ ਕੰਪਨੀ ਬਣਾਈ ਇਹਨਾਂ ਨੇ ਗਰੁੱਪ ਪਿੰਡਾਂ ਦੇ ਜਾ ਕੇ ਗਰੁੱਪ ਬਣਾਉਂਦੇ ਸੀਗੇ ਉੱਥੇ 1000 ਰੁਪਏ 1000 ਰੁਪਏ ਕਰਕੇ ਹਰ ਮਹੀਨੇ ਇਹ ਲੈਂਦੇ ਬੰਦੇ ਤੋਂ ਲੈਂਦੇ ਸੀ ਤੇ ਕਹਿੰਦੇ ਸੀ ਤੁਹਾਡੇ ਇਨਾਮ ਕੱਢਾਂਗੇ ਤੁਹਾਡੇ ਤੇ ਤੇ ਇਹਨਾਂ ਨੇ ਸਾਰੇ ਤੋਂ ਪੈਸੇ ਲੈ ਕੇ ਤੇ ਉਹ ਕੰਪਨੀ ਪਗੋੜਾ ਹੋ ਗਈ ਉਸ ਦੇ ਜੱਜ ਸਾਡੇ ਕੋਲ ਕੰਪਲੇਂਟ ਆਈ ਉਹਦੀ ਇਨਕੁਆਇਰੀ ਹੋਈ ਹੈ ਤੇ ਪਰਚਾ ਦਰਜ ਕੀਤਾ ਜਿਸ ਵਿੱਚ ਰੌਕੀ ਕਥੂਰੀਆ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਅੱਗੇ ਇਨਵੈਸਟੀਗੇਸ਼ਨ ਤੇ ਰਿਮਾਂਡ ਅੱਜ ਲਵਾਂਗੇ ਤੇ ਅੱਗੇ ਜੋ ਹੈ ਜਿੰਨੇ ਵੀ ਬੰਦੇ ਆ ਸਾਰੇ ਸਾਰੇ ਵਿੱਚ ਸ਼ਾਮਲ ਤਤਤੀਸ਼ ਕਰਕੇ ਅੱਗੇ ਦੇਖਿਓ ਸੋਏ ਤੁਸੀਂ ਸੁਣਿਆ ਕਿ ਐਸਐਚਓ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਵੱਲੋਂ ਜੋ ਹੈ ਠੱਗੀ ਮਾਰੀ ਗਈ ਹੈ ਤੇ ਇੱਕ ਜੋ ਬੰਦਾ ਹੈ ਰੌਕੀ ਕਥੂਰੀਆ ਉਸ ਨੂੰ ਕਾਬੂ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਏ ਵੀ ਨਿਕਲ ਕੇ ਸਾਹਮਣੇ ਆਇਆ ਕਿ ਆਮ ਆਦਮੀ ਪਾਰਟੀ ਦਾ ਝਾਂਸਾ ਦੇ ਕੇ ਜਾਂ ਉਹਨਾਂ ਦਾ ਹੱਲਿਆ ਕੀ ਆਮ ਆਦਮੀ ਪਾਰਟੀ ਦਾ ਇਹ ਵਰਕਰ ਜ਼ਰੂਰ ਹੈ ਕਿਉਂਕਿ ਤਸਵੀਰਾਂ ਇੱਕ ਵਾਰ ਦੁਬਾਰਾ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਵੱਡੇ ਚਿਹਰਿਆਂ ਦੇ ਨਾਲ ਜੋ ਲੀਡਰ ਨੇ ਉਹਨਾਂ ਦੇ ਨਾਲ ਇਸ ਦੀਆਂ ਤਸਵੀਰਾਂ ਰਾਗਵ ਚੱਡਾ ਹੋਰੀਆਂ ਹੁੰਦੇ ਨੇ ਅੰਮ੍ਰਿਤਸਰ ਪੰਜਾਬ ਦੌਰੇ ਤੇ ਹੁੰਦੇ ਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਪੋਸਟਰ ਛਪਵਾਏ ਜਾਂਦੇ ਨੇ ਰੋਕੀ ਕਸੂਰੀਆ ਵੱਲੋਂ ਹਲਕਾ ਜ਼ੀਰੇ ਦੇ ਵਿੱਚ ਤੇ ਲਵਾਏ ਜਾਂਦੇ ਨੇ ਪੂਰੇ ਹਲਕੇ ਦੇ ਜ਼ੀਰੇ ਦੇ ਵਿੱਚ ਲਵਾਏ ਜਾਂਦੇ ਨੇ ਬੀਬਾ ਬਲਜਿੰਦਰ ਕੌਰ ਨਾਲ ਤੁਸੀਂ ਇਹਨਾਂ ਦੀ ਤਸਵੀਰ ਦੇਖ ਸਕਦੇ ਹੋ ਮੀਤ ਹੇਰ ਹੋਣਾਂ ਦੇ ਨਾਲ ਇਹਨਾਂ ਦੀ ਤਸਵੀਰ ਦੇਖ ਸਕਦੇ ਹਾਂ ਇਸ ਦੇ ਨਾਲ ਹੀ ਅਮਨ ਅਰੋੜਾ ਜੋ ਉੱਗੇ ਲੀਡਰ ਨੇ ਕਾਫੀ ਸਮਝਦਾਰ ਨੇ ਪੜੇ ਲਿਖੇ ਨੇ ਉਹਨਾਂ ਦੇ ਨਾਲ ਵੀ ਇਸ ਦੀ ਤਸਵੀਰ ਹੈ ਨਾਲ ਹੀ ਇਹ ਤਸਵੀਰ ਹਰਪਾਲ ਚੀਮਾ ਹੋਰਾਂ ਦੀ ਹੈ ਨਾਲ ਮੀਤ ਹੇਰ ਹੋਣੀ ਇਹ ਇਹਨਾਂ ਦੇ ਨਾਲ ਖੜਾ ਹੈ ਤੇ ਪਰ ਅਸੀਂ ਪਾਰਟੀ ਦਾ ਪੱਖ ਵੀ ਲੈਣਾ ਜ਼ਰੂਰ ਚਾਹਾਂਗੇ ਹਾਲਾਂਕਿ ਪਾਰਟੀ 'ਚ ਕੋਈ ਵੀ ਲੀਡਰ ਹਲੇ ਬੋਲਣ ਨੂੰ ਤਿਆਰ ਨਹੀਂ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਇਦਾਂ ਦਾ ਹੱਲੇ ਤੱਕ ਕੋਈ ਰੌਕੀ ਕਥੂਰੀਆ ਨਾਂ ਦਾ ਕੋਈ ਨਾਮ ਨਹੀਂ ਸੁਣਿਆ ਪਰ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਇਸ ਦੇ ਜੋ ਤਾਰ ਹੈ ਜੋ ਲਿੰਕ ਹੈ ਉਹ ਲੀਡਰਾਂ ਦੇ ਨਾਲ ਵੀ ਜੁੜੇ ਹੋਏ ਨੇ। ਰਿਪੋਰਟਰ ਦਾ ਮਿਲਾਰੇ ਇਸ ਦਾ ਰਿਪੋਰਟਰ ਦਾ ਮਿਲਾਰੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਨੇ ਰੌਕੀ ਕਥੂਰੀਆ ਦੀਆਂ ਜਿਸ ਨੇ ਕਿ ਲੱਖਾਂ ਦੀ ਠੱਗੀ ਮਾਰੀ ਹੈ ਗਰੀਬਾਂ ਦਾ ਪੈਸਾ ਹੜੱਪਿਆ ਹੈ ਆਖਰ ਇਹ ਜੋ ਹੈ ਅਜਿਹੀ ਕਿਹੜੀ ਨੌਬਤ ਆਉਂਦੀ ਹੈ ਕਿ ਇਨ੍ਹਾਂ ਜੋ ਹੈ ਗਰੀਬਾਂ ਦਾ ਪੈਸਾ ਖਾਧਾ ਜਾਂਦਾ ਹੈ ਕਿਉਂਕਿ ਪਹਿਲਾਂ ਹੀ ਇਲਜ਼ਾਮ ਤਾਂ ਪਹਿਲਾਂ ਹੀ ਸਰਕਾਰਾਂ ਤੇ ਲੱਗਦੇ ਨੇ ਲੀਡਰਾਂ ਤੇ ਲੱਗਦੇ ਨੇ ਕਿ ਇਹ ਲੋਕਾਂ ਦਾ ਪੈਸਾ ਲੋਕਾਂ ਦੀ ਖੂਨ ਜੋ ਪਸੀਨੇ ਦੀ ਕਮਾਈ ਹੈ ਉਹ ਇਹ ਖਾਂਦੇ ਨੇ ਪਰ ਇਹ ਲਾਈਵ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਤਾਜ਼ਾ ਤਸਵੀਰਾਂ ਨੇ ਜਿਹੜੀਆਂ ਕਿ ਇਹ ਬਿਆਨ ਕਰਦੀਆਂ ਨੇ ਕਿ ਅਜਿਹੇ ਲੋਕ ਇਕ ਤਾਂ ਪਾਰਟੀ ਨੂੰ ਬਦਨਾਮ ਕਰਦੇ ਨੇ ਕਿਉਂਕਿ ਪਾਰਟੀ ਇਕ ਤਾਂ ਸਟੈਂਡ ਕਰ ਰਹੀ ਹੈ ਉਤੋਂ ਇਲੈਕਸ਼ਨ ਦਾ ਦੌਰ ਹੈ ਹਾਲਾਂਕਿ ਇਹ ਵੀ ਪੱਖ ਸਾਡੇ ਵੱਲੋਂ ਜ਼ਰੂਰ ਲਿਆ ਜਾਏਗਾ ਵੋਲਟ ਪੰਜਾਬੀ ਵੱਲੋਂ ਕਿ ਆਖਰਕਾਰ ਇਹ ਜੋ ਵਿਅਕਤੀ ਹੈ ਜੋ ਵਰਕਰ ਹੈ ਇਹ ਹੈ ਕੌਣ ਕਿਤੇ ਨਾ ਕਿਤੇ ਜੋ ਹੈ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਵਾਰ ਪਰਮਜੀਤ ਫਰੋਜ਼ਪੁਰ ਤੋਂ ਪਰਮਜੀਤ ਸਿੰਘ ਪੰਮਾ ਸਾਡੇ ਨਾਲ ਜੁੜ ਚੁੱਕੇ ਨੇ ਵਧੇਰੇ ਜਾਣਕਾਰੀ ਲਈ ਸਾਡੇ ਪੱਤਰਕਾਰ ਨੇ ਉਹ ਸਾਨੂੰ ਵਧੇਰੇ ਜਾਣਕਾਰੀ ਦੰਗੇ ਤੇ ਨਾਲ ਹੀ ਬਰੀਕੀ ਦੇ ਨਾਲ ਸਾਨੂੰ ਦੱਸਣਗੇ ਕਿ ਆਖਰ ਇਹ ਬੰਦਾ ਹੈ ਕੌਣ ਹੈ ਤੇ ਕਿੱਥੇ ਤੇ ਕਿੱਦਾਂ ਇਸ ਵੱਲੋਂ ਜੋ ਹੈ ਠੱਗੀ ਕੀਤੀ ਗਈ ਹੈ ਜੀ ਪਰਮਜੀਤ ਜੀ ਕੀ ਕਹਿਣਾ ਚਾਹੋਗੇ ਇਹ ਰੌਕੀ ਕਸੂਰੀਆ ਜੋ ਹੈ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਲੱਖਾਂ ਦੀ ਠੱਗੀ ਦਾ ਇਸ ਤੇ ਇਲਜ਼ਾਮ ਲੱਗੇ ਨੇ ਕੀ ਕਹਿਣਾ ਚਾਹੋਗੇ ਕੌਣ ਹੈ ਇਹ ਬਿਲਕੁਲ ਸਰ ਦੱਸਣਾ ਚਾਹੁੰਗਾ ਕਿ ਇਹ ਮਾਮਲਾ ਜਿਲ੍ਹਾ ਫੋਹੇਸਰ ਦੇ ਹਲਕਾ ਜੀ ਦਾ ਤੋਂ ਸਾਹਮਣੇ ਆਇਆ ਏ ਹੂੰ ਜਿੱਥੋਂ ਚਿੱਟਫੰਡ ਦੇ ਨਾਂ ਤੇ ਇਹਨਾਂ ਵੱਲੋਂ ਇੱਕ ਕੰਪਨੀ ਖੋਲੀ ਗਈ ਸੀ ਹੂੰ ਉਸ ਕੰਪਨੀ ਦੇ ਨਾਂ ਤੇ ਇਹਨਾਂ ਵੱਲੋਂ ਲੋਕਾਂ ਨਾਲ ਜਿਹੜੀ ਠੱਗੀ ਮਾਰੀ ਗਈ ਏ ਹੂੰ ਜਿਸ ਤੋਂ ਬਾਅਦ ਪਰਵਾਇਰ ਵੱਲੋਂ ਜਿਹੜਾ ਕੁੱਲ ਕੋਲੇ ਮਾਮਲਾ ਦਰਜ ਕਰਵਾਇਆ ਗਿਆ ਤੇ ਇਸ ਵਿੱਚ ਆਮ ਆਪ ਪਾਰਟੀ ਨਾਲ ਸੰਬੰਧਤ ਹੂੰ ਕਤੂਰੀਆ ਜੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜੀ ਹੂੰ ਮਮਾ ਜੀ ਵਿਚਰਦੇ ਤੁਸੀਂ ਇਲਾਕੇ ਚੋਂ ਹਲਕੇ ਚ ਤੁਸੀਂ ਵਿਚਰਦੇ ਹੋ ਪੱਤਰਕਾਰੋਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਨਾਲ ਹੈ ਪਰ ਜਦੋਂ ਸਾਡੇ ਵਰਲਡ ਪੰਜਾਬੀ ਟੀਵੀ ਵੱਲੋਂ ਗੱਲਬਾਤ ਕੀਤੀ ਗਈ ਹੈ ਲੀਡਰਾਂ ਦੇ ਨਾਲ ਆਗੂਆਂ ਦੇ ਨਾਲ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਇਹਨੂੰ ਜਾਣਦੇ ਨਹੀਂ ਆ ਸਰ ਕੁਝ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜੋ ਉੱਚੇ ਲੀਡਰਾਂ ਦੇ ਨਾਲ ਸੰਬੰਧਤ ਇਹਨਾਂ ਦੇ ਨਹੀਂ ਤੁਸੀਂ ਵਿਚਰ ਪੰਮਾ ਜੀ ਤੁਸੀਂ ਵਿਚਰਦਾ ਦੇਖਿਆ ਇਹਨਾਂ ਨੂੰ ਲੀਡਰਾਂ ਦੇ ਨਾਲ ਤਸਵੀਰਾਂ ਚਲੋ ਬਿਆਨ ਕਰ ਰਹੀਆਂ ਨੇ ਤੁਸੀਂ ਵਿਚਰਦਾ ਦੇਖਿਆ ਕਿਉਂਕਿ ਤੁਸੀਂ ਹਲਕੇ 'ਚ ਤੁਹਾਡਾ ਰੋਜ਼ ਦਾ ਕੰਮ ਹੈ ਤੁਸੀਂ ਵਿਚਰਦੇ ਹੋ ਲੀਡਰਾਂ ਦੇ ਨਾਲ ਤੁਸੀਂ ਇਸ ਬੰਦੇ ਨੂੰ ਨਾਲ ਦੇਖਿਆ ਬਿਲਕੁਲ ਜੀ ਬਿਲਕੁਲ ਜੀਰਾ ਵਿੱਚ ਆਪਣੇ ਵੱਲੋਂ ਇਹਨਾਂ ਵੱਲੋਂ ਜਿਹੜੀ ਇਲੈਕਸ਼ਨ ਦੇ ਟਾਈਮ ਜਿਹੜੀ ਲੋਕਾਂ ਨਾਲ ਬਾਤਕੀਤ ਕੀਤੀ ਜਾਂਦੀ ਹੈ ਹਮ ਤੇ ਕਾਫੀ ਲੀਡਰਾਂ ਨਾਲ ਇਹਨਾਂ ਨਜ਼ਰ ਵੀ ਆਉਂਦੇ ਰਹਿੰਦੇ ਹਨ ਹਮ ਤੇ ਕਾਬੂ ਕਰ ਲਿਆ ਗਿਆ ਇਸ ਨੂੰ ਥਾਣਾ ਥਾਣਾ ਪ੍ਰਭਾਰੀ ਵੱਲੋਂ ਜੀ ਬਿਲਕੁਲ ਇਹਨੂੰ ਕਾਬੂ ਕਰ ਲਿਆ ਗਿਆ ਅਤੇ ਅੱਗੇ ਦੀ ਜਿਹੜੀ ਕਾਰਵਾਈ ਆ ਪੀਪੀ ਜਾ ਰਹੀ ਹੈ ਪੁਲਿਸ ਵੱਲੋਂ ਅੱਛਾ ਰਿਮਾਂਡ ਤੇ ਹੈ ਇਹ ਜਾਂ ਇਹ ਇਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਾਂ ਹਲੇ ਰਿਮਾਂਡ ਲਿਆ ਗਿਆ ਹੋਰ ਪੁੱਛਗਿੱਛ ਜਾਰੀ ਹੈ ਹਾਈ ਪੁੱਛਗਿੱਛ ਜਾਰੀ ਹੈ ਜੀ ਜੋ ਹੋਰ ਸਾਹਮਣੇ ਜੋ ਵੀ ਅਗੋ ਉਸ ਦੇ ਤਹਿਤ ਕਾਰਵਾਈ ਜਿਹੜੀ ਪੁਲਿਸ ਦਾ ਕਹਿਣਾ ਕੀ ਕੀਤੀ ਜਾਵੇਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ehsan paranjit singh pamma firozpur ਤੋਂ ਸਾਡੇ ਪੱਤਰਕਾਰ ਨੇ ਬੋਲ ਪੰਜਾਬੀ ਟੀਵੀ ਦੇ ਇਨਾਂ ਵੱਲੋਂ ਦੱਸਿਆ ਗਿਆ ਕਿ ਤਸਵੀਰਾਂ ਦਾ ਬਿਆਨ ਕਰ ਹੀ ਰਹੀਆਂ ਨੇ ਤਸਵੀਰਾਂ ਦਾ ਬਿਆਨ ਕਰ ਹੀ ਰਹੀਆਂ ਨੇ ਨਾਲ ਹੀ ਜੋ ਹੈ ਇਸ ਰੋਕੀ ਕਥੂਰੀਆ ਵੱਲੋਂ ਹਲਕੇ 'ਚ ਵੀ ਲੋਕਾਂ ਨਾਲ ਵਿਚਰਿਆ ਜਾਂਦਾ ਸੀਗਾ ਵਰਕਰ ਬਣ ਕੇ ਆਮ ਆਦਮੀ ਪਾਰਟੀ ਦਾ ਸੋ ਇਹ ਅੱਜ ਦਾ ਮਾਹੌਲ ਹੈ ਕਿ ਕੀ ਕੁਝ ਹੋ ਰਿਹਾ ਹੈ ਪਾਰਟੀਆਂ ਦੇ ਨਾਮ ਦੇ ਉੱਤੇ ਪਾਰਟੀਆਂ ਦੀ ਸ਼ੈ ਦੇ ਉੱਤੇ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਇਹ ਤਾਂ ਲੀਡਰ ਹੀ ਦੱਸਣਗੇ ਇਹ ਤਾਂ ਪਾਰਟੀ ਦੇ ਆਗੂ ਹੀ ਦੱਸਣਗੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਥਾਣੇ ਦੀਆਂ ਇਹ ਤਸਵੀਰਾਂ ਥਾਣੇ ਦੀਆਂ ਦੇਖੀਆਂ ਨੇ ਕਾਬੂ ਕਰ ਲਿਆ ਗਿਆ ਰੌਕੀ ਕਸੂਰੀਆ ਨੂੰ ਨਾਲ ਹੀ ਦੋ ਤਿੰਨ ਜਾਣੇ ਹੋਰ ਵੀ ਐ ਜੋ ਪਘੋੜੇ ਨੇ ਤੇ ਪ੍ਰਸ਼ਾਸਨ ਦਾ ਇਹੀ ਕਹਿਣਾ ਹੈ ਪੁਲਿਸ ਦਾ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਸੋ ਲੋੜ ਹੈ ਸੁਚੇਤ ਹੋਣ ਦੀ ਲੋਕਾਂ ਨੂੰ ਵੀ ਲੋੜ ਹੈ ਕਿ ਸੁਚੇਤ ਹੋਵੋ ਤੇ ਅਜਿਹੇ ਲੋਕਾਂ ਤੋਂ ਕਿਨਾਰਾ ਕਰੋ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਪਾਰਟੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲਾਂ ਤਾਂ ਤੁਰਦੇ ਨੇ ਤੇ ਫਿਰ ਉਹਨਾਂ ਦੇ ਨਾਂ ਦੇ ਉੱਤੇ ਹੀ ਉਹਨਾਂ ਦੀ ਸ਼ਹਿ ਦੇ ਉੱਤੇ ਉਹਨਾਂ ਦੇ किरदार ਨੂੰ ਜੋ ਹੈ ਦਾਗਦਾਰ ਕਰਦੇ ਨੇ ਅਜਿਹੇ ਜੋ ਹੈ ਕਨਾਉਣੇ ਕੰਮ ਕਰਕੇ ਸੋ ਇਸੇ ਤਰ੍ਹਾਂ ਸਾਡੀਆਂ ਖਬਰਾਂ ਜਾਰੀ ਨੇ ਤੁਸੀਂ ਦੇਖਦੇ ਰਹੋ ਵਰਲਡ ਪੰਜਾਬੀ ਟੀਵੀ ਸਸ਼ਟ੍ਰੀਆ ਕਾਰ ਵਰਲਡ ਪੰਜਾਬੀ ਟੀਵੀ ਜਜ਼ਬਾ ਕੁਝ ਬਦਲਣ ਦਾ